ਭਗਵਾਨ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਦੀਨਾਨਗਰ 'ਚ ਸ਼ਰਧਾਪੂਰਵਕ ਅਤੇ ਧੂਮਧਾਮ ਦੇ ਨਾਲ ਪ੍ਰਾਚੀਨ ਭਾਰਤੀ ਮੰਦਿਰ ਕ੍ਰਿਸ਼ਨਾ ਮੰਦਿਰ, ਗੋਕੁਲਨਾਥ ਮੰਦਿਰ, ਸ਼ਿਵਾਲਾ ਮੰਦਿਰ, ਬ੍ਰਾਹਮਣ ਸਭਾ ਮੰਦਿਰ, ਬਾਲ ਮਾਤਾ ਮੰਦਿਰ ਅਤੇ ਸ਼ੀਤਲਾ ਮੰਦਿਰ 'ਚ ਮਨਾਇਆ ਗਿਆ। ਇਸ ਦੌਰਾਨ ਸ਼ਰਧਾਲੂਆਂ ਦੀ ਲੰਬੀਆਂ ਲੰਬੀਆਂ ਲਾਈਨਾਂ ਮੰਦਿਰ 'ਚ ਲੱਗੀਆਂ ਦੇਖੀਆਂ ਗਈਆਂ। ਅੱਜ ਕੇ ਦਿਨ ਭਗਵਾਨ ਸ਼੍ਰੀ ਕ੍ਰਿਸ਼ਨ ਕਾ ਜਨਮ ਮਥੁਰਾ ਕੀ ਜੇਲ ਕੇ ਅੰਦਰ ਹੁਆ ਥਾ ਔਰ ਵਹਾਂ ਸੇ ਗੋਕੁਲ ਕੇ ਅੰਦਰ नंद बाबा के घर के अंदर भगवान जी को पहुंचाया था रात्रि। आज श्री कृष्ण जन्माष्टमी की मैं सारे दीनानगर वासियों को हार्दिक बधाई देता हूं। भारती मंदिर बस स्टैंड के पीछे जहां पे जन्माष्टमी का महोत्सव बड़ी धूमधाम के साथ मनाया जा रहा। दीनानगर तो दीपक कुमार की रिपोर्ट, चैनल 2।